ਸਾਡੇ ਚਾਚਾ ਜੀ ਨੇ, ਉਹ ਸਾਡੇ ਲਾਗੇ ਰਹਿੰਦੇ ਨੇ, ਸਾਹਮਣੇ ਘਰ ਉਹਨਾਂ ਦਾ। ਉਹਨਾਂ ਨੇ ਅਸੀਂ ਆਪਣਾ ਨਾ ਟਰਾਂਸਫਾਰਮ ਪਾਸ ਹੋਇਆ, ਇਹ ਟਰਾਂਸਫਾਰਮ ਲਗਵਾ ਰਹੇ ਸੀਗੇ ਅਤੇ ਉਹਨਾਂ ਨੇ ਕਹਿੰਦੇ ਸੀ ਨਹੀਂ ਲਾਉਣਾ ਹੈ, ਇਹਦਾ ਸਾਡੀ ਆਪਦੀ ਜ਼ਮੀਨ, ਸਾਡਾ ਆਪਦਾ ਕਬਜ਼ਾ, ਉਹਦੇ 'ਚ ਅਸੀਂ ਬਾਸਮਤੀ ਬੀਜੀ ਆ। ਅਤੇ ਜਦੋਂ ਅਸੀਂ ਲਾਉਂਦੇ ਪਏ ਹਾਂ ਉਦੋਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਸਾਰੇ ਇੱਥੇ ਮੌਜੂਦ ਸਨ। ਮੁੜ ਕੇ ਰਾਤ ਨੂੰ ਕੋਈ 12 ਤੋਂ 1 ਦੇ ਕਰੀਬ ਦੇ ਵਿੱਚ ਆ ਕੇ ਨਾਲ 3-4, 5-7 ਮੁੰਡੇ ਲਏ ਨੇ ਅਤੇ ਸਾਡੇ ਇੱਥੇ ਹਮਲਾ ਕੀਤਾ ਗਿਆ, ਜਾਨਲੇਵਾ ਹਮਲਾ ਕੀਤਾ ਗਿਆ। ਸਾਡੇ ਦਰਵਾਜ਼ੇ ਭੰਨੇ ਗਏ ਨੇ, ਕੱਚ ਭੰਨੇ ਗਏ, ਮੇਨ ਕਿ ਦਰਵਾਜ਼ਾ ਤੋੜ ਕੇ ਅੰਦਰ ਵੜੇ ਨੇ। ਸਾਡੀ ਨਕਦੀ ਚੋਰੀ ਕੀਤੀ ਗਈ ਆ, ਸੋਨਾ ਚੋਰੀ ਕੀਤਾ ਗਿਆ ਅਤੇ ਸਾਨੂੰ ਮਾਰਨ ਦੀ ਉਹਨਾਂ ਦਾਤਰ ਮਾਰੇ ਨੇ। ਇੱਕ ਉਹਨਾਂ ਕੋਲ ਪਿਸਟਲ ਮੌਜੂਦ ਸੀਗਾ, ਉਹਨਾਂ ਫਾਇਰਿੰਗ ਵੀ ਕੀਤੀ ਆ। ਅਸੀਂ ਹੁਣ ਪੁਲਿਸ ਪ੍ਰਸ਼ਾਸਨ ਤੋਂ ਚਾਹੁੰਦੇ ਹਾਂ ਵੀ ਆਪਣੀ ਕਾਰਵਾਈ ਕਰਨ। ਕੰਪਲੇਂਟ ਕੀਤੀ ਗਈ ਆ, SHO ਸਾਹਿਬ ਆਏ ਸਨ, ਸਾਰੀ ਪੁਲਿਸ ਆਈ ਆ, ਉਹਨਾਂ ਦੇਖ ਕੇ ਤਫਤੀਸ਼ ਕਰਦੇ ਪਏ ਨੇ। ਇੱਕ ਸਾਨੂੰ ਅੱਜ ਆਪਣਾ ਥਾਣਾ ਰੰਗੜ ਨਿਕਲ SHO ਸਾਹਿਬ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਾਦਪੁਰ ਦੇ ਵਿੱਚ ਕੋਈ ਰਾਤ 12:30 ਵਜੇ ਦੇ ਕਰੀਬ, ਆਪਣਾ 12:30 ਕੁ ਵਜੇ ਦੇ ਕਰੀਬ ਅਵਤਾਰ ਸਿੰਘ ਨੇ ਆਪਣੇ ਭਰਾ, ਜਿਹੜਾ ਉਹਦਾ ਭਰਾ ਆ ਜਗਤਾਰ ਸਿੰਘ, ਉਹਦੇ ਘਰ 'ਤੇ ਉਹਨੇ ਜਾ ਕੇ ਹਮਲਾ ਕੀਤਾ ਅਤੇ ਫਾਇਰਿੰਗ ਕੀਤੀ ਹੈ। ਉਹਦੇ ਸੰਬੰਧ ਵਿੱਚ SHO ਗਗਨਦੀਪ, SHO ਰੰਗੜ ਨਗਰ ਨੇ ਬੜੀ ਮਿਹਨਤ ਕੀਤੀ ਹੈ ਅਤੇ ਇਹ ਉੱਥੇ ਮੌਕੇ 'ਤੇ ਪਹੁੰਚੇ ਆ, ਮੌਕੇ 'ਤੇ ਪਹੁੰਚ ਕੇ ਸਾਰਾ ਜਾਇਜ਼ਾ ਲਿਆ ਅਤੇ ਜਿਹੜਾ ਆਪਣਾ ਹੈਗਾ ਜੇ ਜਗਤਾਰ ਸਿੰਘ, ਉਹਦੇ ਬਿਆਨਾਂ 'ਤੇ ਅਸੀਂ ਜਿਹੜਾ ਮੁਕੱਦਮਾ ਨੰਬਰ 71 ਅੰਡਰ ਸੈਕਸ਼ਨ 352, 324, 225, 2527, 5254, 59 Arm Act ਇਹਦੇ ਆਧਾਰ 'ਤੇ ਅਸੀਂ ਜਿਹੜਾ ਪਰਚਾ ਦਰਜ ਕਰ ਲਿਆ ਜੀ, ਅਤੇ ਉਹਦੇ ਵਿੱਚ ਇੱਕ CCTV ਸਾਨੂੰ ਫੋਟੋਸ ਵੀ ਮਿਲ ਗਈ ਆ, ਉਹਦੇ ਵਿੱਚ ਇੱਕ ਬੰਦਾ ਫਵਾਈ ਫਾਇਰ ਵੀ ਦਿਖਾਈ ਦਿੰਦਾ ਕਰ ਸਿੱਧਾ ਕਰ ਰਿਹਾ। ਉਹਦੇ ਸੰਬੰਧ ਵਿੱਚ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ ਅਤੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਆ, ਜਿਹਦੇ ਵਿੱਚ ਅਸੀਂ ਜਿਹੜਾ ਅਵਤਾਰ ਸਿੰਘ ਮੇਨ ਦੋਸ਼ੀ, ਜਿਹੜਾ ਆਪਣੇ ਟਰੈਕਟਰ 'ਤੇ 2-3 ਬੰਦਿਆਂ ਨੂੰ ਹੋਰ ਨਾਲ ਲੈ ਕੇ ਗਿਆ ਸੀ, ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਅਤੇ ਉਹਦੇ ਕੋਲ ਅਸੀਂ ਟਰੈਕਟਰ ਵੀ ਬਰਾਮਦ ਕਰ ਲਿਆ ਅਤੇ ਉਹਦੇ ਕੋਲ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹਦੇ ਨਾਲ ਹੋਰ ਕਿਹੜੇ ਬੰਦੇ ਸਨ ਅਤੇ ਉਹਦਾ ਹੁਣ ਕੱਲ੍ਹ ਨੂੰ ਪੁਲਿਸ ਰਿਮਾਂਡ ਲੈ ਕੇ ਉਹਦੇ ਸੰਬੰਧੀ ਅਸੀਂ ਪੁੱਛਗਿੱਛ ਕਰਾਂਗੇ ਅਤੇ ਜੋ ਸਫਾ ਮਿਸਲ 'ਤੇ ਐਵੀਡੈਂਸ ਆਏਗੀ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ, ਅਸੀਂ ਇਹਦੇ ਇਨਵੈਸਟੀਗੇਸ਼ਨ ਕਰ ਰਹੇ ਹਾਂ, ਇਹਦੇ ਵਿੱਚ ਅਸੀਂ ਮੇਨ 5 ਬੰਦਿਆਂ 'ਤੇ ਮੁਕੱਦਮਾ ਦਰਜ ਕੀਤਾ ਅਤੇ ਸਾਡੀ ਇਨਵੈਸਟੀਗੇਸ਼ਨ ਹਾਲੇ ਚੱਲਦੀ ਹੈ।